ਅਸਲਾਮੁਅਲੈਕੁਮ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਲਾਹੌਰ ਦੀ ਖੂਬਸੂਰਤੀ ਜਿਵੇਂ ਕਿ ਕਹਾਂ ਜਾਂਦਾ ਹੈ ਕਿ ਲਾਹੌਰ ਜਿਹੜਾ ਵਾ ਉਹ ਪਾਕਿਸਤਾਨ ਦਾ ਦਿਲ ਆ ਤੇ ਲਾਹੌਰ ਹਰ ਲਿਹਾਜ਼ ਨਾਲ ਖੂਬਸੂਰਤ ਆ ਇਸੇ ਤਰ੍ਹਾਂ 14 ਅਗਸਤ ਦੇ ਹਵਾਲੇ ਦੇ ਨਾਲ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਲਾਹੌਰ ਨੂੰ ਸਜਾਇਆ ਗਿਆ ਔਰ ਮੁਖਤਲਫ ਮਾਲਸ ਦੇ ਅੰਦਰ ਤੇ ਮੁਖਤਲਫ ਜਗ੍ਹਾ ਤੇ ਮੁਖਤਲਫ ਫੰਕਸ਼ਨਸ ਮੁਨਾਕਦ ਕੀਤੇ ਗਏ ਖਾਸ ਤੌਰ ਤੇ 14 ਅਗਸਤ ਦੀ ਮناسبਤ ਦੇ ਨਾਲ ਔਰ ਜਿਸ ਤਰ੍ਹਾਂ ਲਾਹੌਰ ਰੋਸ਼niਆ ਦਾ ਸ਼ਹਿਰ ਆ ਲੇਕਿਨ ਇਹਨੂੰ ਮਜ਼ੀਦ ਰੋਸ਼ਨ ਕਰ ਦਿੱਤਾ ਗਿਆ 14 ਅਗਸਤ 2024 ਚ ਤੇ ਅੱਜ ਦੇ ਵੀਲੌਗ ਦੇ ਵਿੱਚ ਅਸੀਂ ਤੁਹਾਨੂੰ ਲਾਹੌਰ ਦੇ ਮੁxtਲਫ ਇਲਾਕਿਆਂ ਦੀ ਖੂਬਸੂਰਤੀ ਦਿਖਾਵਾਂਗੇ ਔਰ ਮੁxtਲਫ ਜਗ੍ਹਾ ਦੀ ਸਜਾਵਟ ਜਿਹੜੀ ਆ ਉਹ ਤੁਹਾਨੂੰ ਦਿਖਾਵਾਂਗੇ ਜਿਵੇਂ ਤੁਸੀਂ ਸ਼ੁਰੂ ਚ ਦੇਖਿਆ ਕਿ ਐਲਡੀਏ ਪਲਾਜ਼ੇ ਨੂੰ ਸਬਜ਼ ਤੇ ਵਾਈਟ ਕਲਰ ਦੇ ਲਾਈਟਿੰਗ ਦੇ ਨਾਲ ਬਹੁਤ ਖੂਬਸੂਰਤ ਕੀਤਾ ਗਿਆ اور ਇਸ ਤੋਂ ਜ਼ਿਆਦਾ ਜਿਹੜੀ ਅਗਲੀ ਖੂਬਸੂਰਤੀ ਦੀ ਗੱਲ ਆ ਉਹ ਇਹ ਹੈ ਕਿ ਖਾਸ ਤੌਰ ਤੇ ਡੀ ਐਚ اے ਮੇਨ اور ਡੀ ਐਚ اے ਦੇ ਜਿਹੜੇ ਫੇਸ 6 ਦੇ ਵਿੱਚ ਕੁਝ ਫੈਸਟੀਵਲ ਮੁਨਕਦ ਕੀਤੇ ਗਏ। ਔਰ ਜਿੱਥੇ مختلف ਸਿੰਗਰਾਂ ਨੂੰ ਵੀ ਬੁਲਾਇਆ ਗਿਆ ਔਰ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਜਿਹੜਾ ਨਾ 14 ਅਗਸਤ ਯਾਨੀ ਜਸ਼ਨ-ਏ-ਆਜ਼ਾਦੀ ਨੂੰ ਮਨਾਇਆ ਗਿਆ। ਔਰ ਖਾਸ ਤੌਰ ਤੇ مختلف ਜਿਹੜੇ ਚੌਰਾਹੇ ਨੇ ਲਾਹੌਰ ਦੇ مختلف ਜਿਹੜੇ ਅੰਡਰਪਾਸ ਨੇ ਇਹ ਚੌਕ ਨੇ ਲਾਹੌਰ ਦੇ ਉਹਨਾਂ ਨੂੰ ਬਿਲਕੁਲ ਗ੍ਰੀਨ ਕਲਰ ਦੀਆਂ ਲਾਟਾਂ ਦੇ ਨਾਲ ਸਜਾ ਦਿੱਤਾ ਗਿਆ। ਅਗਰ ਅਸੀਂ ਦੇਖੀਏ ਇਹ ਕਿਹਾ ਜਾਵੇ ਕਿ ਲਾਹੌਰ ਚ ਸਭ ਤੋਂ ਜ਼ਿਆਦਾ ਖੂਬਸੂਰਤ ਮੌਲ ਕਿਹੜੀ ਜਗ੍ਹਾ ਤੇ ਬਣਾਇਆ ਗਿਆ ਤੇ ਉਹ ਮੈਂ ਕਹੂੰਗਾ ਕਿ ਕੈਂਟ ਔਰ ਡੀ ਐਚ ਏ ਡਿਫੈਂਸ ਹਾਊਸਿੰਗ ਅਥਾਰਟੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਲਾਈਟਿੰਗ ਕੀਤੀ ਗਈ ਔਰ ਸਭ ਤੋਂ ਜ਼ਿਆਦਾ ਖੂਬਸੂਰਤ ਤਰੀਕ ਨਾਲ ਸਜਾਇਆ ਗਿਆ ਉਸ ਲਵਾਲੇ ਲਿਬਰਟੀ ਚੌਕ ਲਿਬਰਟੀ ਰੌਂਡਬਾਊਟ ਔਰ ਅਗਰ ਸੀ ਇਮਾਰਤਾਂ ਦੀ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਐਲ ਡੀ ਏ ਪਲਾਜ਼ੇ ਦੀ ਇਮਾਰਤ ਨੂੰ ਜਿਹੜਾ ਨਾ ਸਜਾਇਆ ਗਿਆ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਸੀਂ ਪੰਜਾਬ ਦੇ ਤੇ ਲਾਹੌਰ ਦੇ ਮੁxtਲਫ ਰੰਗ लेके आंदे ਰਾਵਾਂਗੇ ਇਸੇ ਤਰ੍ਹਾਂ ਅਸੀਂ مختلف ਪਹਾੜੀ ਇਲਾਕਿਆਂ ਦੀ ਜਿਹੜੀ ਆ ਤੁਹਾਨੂੰ ਸੈਰ ਵੀ ਕਰਾਵਾਂਗੇ ਕਿਉਂਕਿ ਸਾਡਾ ਮਕਸਦ ਹੀ ਟ੍ਰੈਵਲ ਆ ਔਰ ਪਾਕਿਸਤਾਨ ਦੀ ਖੂਬਸੂਰਤੀ ਨੂੰ ਚਾਰੇ ਸੂਬਿਆਂ ਦੀ ਖੂਬਸੂਰਤੀ ਨੂੰ ਜਿਹੜਾ ਨਾ ਡਿਸਪਲੇ ਕਰਾਉਣਾ ਅੱਜ ਦਾ ਵੀ ਲੌਗ ਇੱਥੇ ਤੱਕ ਇਹ ਸਾਨੂੰ ਇਜਾਜ਼ਤ ਦਿਓ ਅੱਲਾਹ ਹਾਫਿਜ਼